ਸੁਨਸਾਨ ਇਲਾਕੇ ਦੇ ਵਿੱਚ ਗੋਲੀਆਂ ਦੇ ਨਾਲ ਭੁੰਨੀ ਹੋਈ ਕਾਲੀ ਥਾਰ ਮਿਲੀ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਕਿਹਾ ਜਾ ਰਿਹਾ ਕਿ 6 ਦੇ ਕਰੀਬ ਫਾਇਰ ਇਸ ਥਾਰ ਦੇ ਉੱਤੇ ਹੋਏ ਪਏ ਨੇ। ਹਾਲਾਂਕਿ ਜਦੋਂ ਲੋਕਾਂ ਨੇ ਇਸ ਨੂੰ ਸੜਕ ਦੇ ਕਿਨਾਰੇ ਖੜ੍ਹੇ ਸ਼ੱਕੀ ਹਾਲਾਤਾਂ ਦੇ ਵਿੱਚ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਦੋਂ ਪੁਲਿਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਸ ਦੇ ਉੱਤੇ ਕਾਫੀ ਫਾਇਰ ਹੋਏ ਪਏ ਸੀ, ਜਿਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਵਿੱਚੋਂ ਅਤੇ ਆਲੇ ਦੁਆਲੇ ਕੁਝ ਵੀ ਅਜਿਹਾ ਬਰਾਮਦ ਨਹੀਂ ਹੋਇਆ। ਪਰ ਕਿਤੇ ਨਾ ਕਿਤੇ ਗੋਲੀਆਂ ਦੇ ਨਿਸ਼ਾਨਾਂ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਘਟਨਾ ਵੱਡੀ ਵਾਪਰੀ ਹੋ ਸਕਦੀ ਹੈ। ਹਾਲਾਂਕਿ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਕਿਤੇ ਗੈਂਗਵਾਰ ਨਾ ਹੋਈ ਹੋਵੇ, ਪਰੰਤੂ ਹਾਲੇ ਪੁਲਿਸ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਪਰ ਕਿਤੇ ਨਾ ਕਿਤੇ ਗੋਲੀਆਂ ਦੇ ਨਾਲ ਛੰਨਣੀ ਕੀਤੀ ਹੋਈ ਇਹ ਥਾਰ ਆਪਣੇ ਆਪ ਦੇ ਵਿੱਚ ਖੁਦ ਸਾਬਿਤ ਕਰ ਰਹੀ ਹੈ ਕਿ ਕੋਈ ਨਾ ਕੋਈ ਘਟਨਾ ਜ਼ਰੂਰ ਵੱਡੀ ਵਾਪਰੀ ਹੋ ਸਕਦੀ ਹੈ। ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਦੀ ਥਾਰ ਹੈ ਉਹ ਇੱਕ ਪਹਿਲਵਾਨ ਦੱਸਿਆ ਜਾ ਰਿਹਾ, ਜਿਸ ਦੀ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਦਸੂਹਾ ਤੋਂ ਇਹ ਕਾਰ ਬਰਾਮਦ ਹੋਈ ਹੈ, ਸੜਕ ਦੇ ਕਿਨਾਰੇ ਖੜ੍ਹੀ ਸੀ ਸ਼ੱਕੀ ਹਾਲਾਤਾਂ ਦੇ ਵਿੱਚ। ਲੋਕਾਂ ਨੇ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚੀ ਤਾਂ ਦੇਖਿਆ ਕਿ ਇਸ ਕਾਲੇ ਰੰਗ ਦੀ ਥਾਰ ਦੇ ਵਿੱਚ ਕਈ ਫਾਇਰ ਹੋਏ ਪਏ ਸੀ। ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਥਾਰ ਇੱਥੇ ਪਹੁੰਚੀ ਕਿਵੇਂ ਹੈ। ਸੁਨਸਾਨ ਇਲਾਕੇ ਦੇ ਵਿੱਚ ਗੋਲੀਆਂ ਦੇ ਨਾਲ ਭੁੰਨੀ ਹੋਈ ਕਾਲੀ ਥਾਰ ਮਿਲੀ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਕਿਹਾ ਜਾ ਰਿਹਾ ਕਿ 6 ਦੇ ਕਰੀਬ ਫਾਇਰ ਇਸ ਥਾਰ ਦੇ ਉੱਤੇ ਹੋਏ ਪਏ ਨੇ। ਹਾਲਾਂਕਿ ਜਦੋਂ ਲੋਕਾਂ ਨੇ ਇਸ ਨੂੰ ਸੜਕ ਦੇ ਕਿਨਾਰੇ ਖੜ੍ਹੇ ਸ਼ੱਕੀ ਹਾਲਾਤਾਂ ਦੇ ਵਿੱਚ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਦੋਂ ਪੁਲਿਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਸ ਦੇ ਉੱਤੇ ਕਾਫੀ ਫਾਇਰ ਹੋਏ ਪਏ ਸੀ, ਜਿਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਵਿੱਚੋਂ ਅਤੇ ਆਲੇ ਦੁਆਲੇ ਕੁਝ ਵੀ ਅਜਿਹਾ ਬਰਾਮਦ ਨਹੀਂ ਹੋਇਆ। ਪਰ ਕਿਤੇ ਨਾ ਕਿਤੇ ਗੋਲੀਆਂ ਦੇ ਨਿਸ਼ਾਨਾਂ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਘਟਨਾ ਵੱਡੀ ਵਾਪਰੀ ਹੋ ਸਕਦੀ ਹੈ। ਹਾਲਾਂਕਿ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਕਿਤੇ ਗੈਂਗਵਾਰ ਨਾ ਹੋਈ ਹੋਵੇ, ਪਰੰਤੂ ਹਾਲੇ ਪੁਲਿਸ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਪਰ ਕਿਤੇ ਨਾ ਕਿਤੇ ਗੋਲੀਆਂ ਦੇ ਨਾਲ ਛੰਨਣੀ ਕੀਤੀ ਹੋਈ ਇਹ ਥਾਰ ਆਪਣੇ ਆਪ ਦੇ ਵਿੱਚ ਖੁਦ ਸਾਬਿਤ ਕਰ ਰਹੀ ਹੈ ਕਿ ਕੋਈ ਨਾ ਕੋਈ ਘਟਨਾ ਜ਼ਰੂਰ ਵੱਡੀ ਵਾਪਰੀ ਹੋ ਸਕਦੀ ਹੈ। ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਦੀ ਥਾਰ ਹੈ ਉਹ ਇੱਕ ਪਹਿਲਵਾਨ ਦੱਸਿਆ ਜਾ ਰਿਹਾ, ਜਿਸ ਦੀ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਦਸੂਹਾ ਤੋਂ ਇਹ ਕਾਰ ਬਰਾਮਦ ਹੋਈ ਹੈ, ਸੜਕ ਦੇ ਕਿਨਾਰੇ ਖੜ੍ਹੀ ਸੀ ਸ਼ੱਕੀ ਹਾਲਾਤਾਂ ਦੇ ਵਿੱਚ। ਲੋਕਾਂ ਨੇ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚੀ ਤਾਂ ਦੇਖਿਆ ਕਿ ਇਸ ਕਾਲੇ ਰੰਗ ਦੀ ਥਾਰ ਦੇ ਵਿੱਚ ਕਈ ਫਾਇਰ ਹੋਏ ਪਏ ਸੀ। ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਥਾਰ ਇੱਥੇ ਪਹੁੰਚੀ ਕਿਵੇਂ ਹੈ। ਸੁਨਸਾਨ ਇਲਾਕੇ ਦੇ ਵਿੱਚ ਗੋਲੀਆਂ ਦੇ ਨਾਲ ਭੁੰਨੀ ਹੋਈ ਕਾਲੀ ਥਾਰ ਮਿਲੀ ਹੈ, ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਕਿਹਾ ਜਾ ਰਿਹਾ ਕਿ 6 ਦੇ ਕਰੀਬ ਫਾਇਰ ਇਸ ਥਾਰ ਦੇ ਉੱਤੇ ਹੋਏ ਪਏ ਨੇ। ਹਾਲਾਂਕਿ ਜਦੋਂ ਲੋਕਾਂ ਨੇ ਇਸ ਨੂੰ ਸੜਕ ਦੇ ਕਿਨਾਰੇ ਖੜ੍ਹੇ ਸ਼ੱਕੀ ਹਾਲਾਤਾਂ ਦੇ ਵਿੱਚ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਦੋਂ ਪੁਲਿਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਸ ਦੇ ਉੱਤੇ ਕਾਫੀ ਫਾਇਰ ਹੋਏ ਪਏ ਸੀ, ਜਿਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਵਿੱਚੋਂ ਅਤੇ ਆਲੇ ਦੁਆਲੇ ਕੁਝ ਵੀ ਅਜਿਹਾ ਬਰਾਮਦ ਨਹੀਂ ਹੋਇਆ। ਪਰ ਕਿਤੇ ਨਾ ਕਿਤੇ ਗੋਲੀਆਂ ਦੇ ਨਿਸ਼ਾਨਾਂ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਘਟਨਾ ਵੱਡੀ ਵਾਪਰੀ ਹੋ ਸਕਦੀ ਹੈ। ਹਾਲਾਂਕਿ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਕਿ ਹੋ ਸਕਦਾ ਕਿਤੇ ਗੈਂਗਵਾਰ ਨਾ ਹੋਈ ਹੋਵੇ, ਪਰੰਤੂ ਹਾਲੇ ਪੁਲਿਸ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਪਰ ਕਿਤੇ ਨਾ ਕਿਤੇ ਗੋਲੀਆਂ ਦੇ ਨਾਲ ਛੰਨਣੀ ਕੀਤੀ ਹੋਈ ਇਹ ਥਾਰ ਆਪਣੇ ਆਪ ਦੇ ਵਿੱਚ ਖੁਦ ਸਾਬਿਤ ਕਰ ਰਹੀ ਹੈ ਕਿ ਕੋਈ ਨਾ ਕੋਈ ਘਟਨਾ ਜ਼ਰੂਰ ਵੱਡੀ ਵਾਪਰੀ ਹੋ ਸਕਦੀ ਹੈ। ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਦੀ ਥਾਰ ਹੈ ਉਹ ਇੱਕ ਪਹਿਲਵਾਨ ਦੱਸਿਆ ਜਾ ਰਿਹਾ, ਜਿਸ ਦੀ ਹੁਣ ਪੁਲਿਸ ਦੇ ਵੱਲੋਂ
ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਦਸੂਹਾ ਤੋਂ ਇਹ ਕਾਰ ਬਰਾਮਦ ਹੋਈ ਹੈ, ਸੜਕ ਦੇ ਕਿਨਾਰੇ ਖੜੀ ਸੀ। ਸ਼ੱਕੀ ਹਾਲਾਤਾਂ ਦੇ ਵਿੱਚ ਲੋਕਾਂ ਨੇ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚੀ ਤਾਂ ਦੇਖਿਆ ਕਿ ਇਸ ਕਾਲੇ ਰੰਗ ਦੀ ਥਾਰ ਦੇ ਵਿੱਚ ਕਈ ਫਾਇਰ ਹੋਏ ਪਏ ਸੀ। ਹਾਲਾਂਕਿ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਥਾਰ ਇੱਥੇ ਪਹੁੰਚੀ ਕਿਵੇਂ ਹੈ।